ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਗਜ਼ਮ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦਾ ਭਾਗ ਲੈ ਕੇ ਆਏ ਹਾਂ ਜੀ ਹਿਸਟਰੀ ਜੀ ਕੇ ਭਾਗ ਪਹਿਲਾ ਨਾਲ ਨਾਲ ਇਹ ਸਟਾਰਟ ਕਰਾਂਗੇ ਨਾਲ ਨਾਲ ਕਰੰਟ ਅਫੇਅਰ ਸੂਪਾ ਹਰ ਦਾ ਇਤਿਹਾਸ ਇਹਦੇ ਨਾਲ ਸੰਬੰਧ ਜਿਹੜਾ ਆਮ ਗਿਆਨ ਹੈ ਆਮ ਕੁਐਸਚਨ ਹੁੰਦੇ ਨੇ ਜੋ ਤੁਹਾਨੂੰ ਇਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਉਹ ਲੈ ਕੇ ਆਏ ਹਾਂ ਮੋਸਟ ਇੰਪੋਰਟੈਂਟ ਕੁਐਸਚਨ ਆਨਸਰ ਨੇ ਸੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦੇ ਆ ਕਰੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਨਵੇਂ-ਨਵੇਂ ਟੌਪਿਕ ਤੇ ਨਵੇਂ-ਨਵੇਂ ਕੁਆਸਚਨ ਅਨਸਰ ਦੀ ਵੀਡੀਓ ਦੀ ਅਪਡੇਟ ਇਨਫੋਰਮੇਸ਼ਨ ਹੈ ਜਿਹੜੀ ਮਿਲਦੀ ਰਹੇ। ਸੋ ਸਟਾਰਟ ਕਰਦੇ ਹਾਂ ਜੀ। ਤਾਂ ਪਹਿਲਾ ਸਟਾਰਟ ਕਰਾਂਗੇ ਸਿੰਧੂ ਘਾਟੀ ਸਭਿਅਤਾ ਤੋਂ। ਸਿੰਧੂ ਘਾਟੀ ਦੇ ਲੋਕ ਸੀ ਜਿਹੜੇ ਉਹ ਮਾਪਨ ਤੋਲਣ ਦੇ ਪੈਮਾਨਿਆਂ ਤੋਂ ਜਾਣੂ ਸਨ। ਅਤੇ ਖੋਜ ਸੀ ਜਿਹੜੀ ਲੋਥਲ ਵਿਖੇ ਹੋਈ ਸੀ। ਸੋ ਇੱਥੇ ਕੁਐਸਚਨ ਬਣਦਾ ਹੈ ਕਿ ਸਿੰਧੂ ਘਾਟੀ ਦੇ ਲੋਕ ਜਿਹੜੇ ਉਹ ਮਾਪਨ ਤੋਲਣ ਦੇ ਪੈਮਾਨਿਆਂ ਤੋਂ ਜਾਣੂ ਸਨ ਜਾਂ ਨਹੀਂ? ਤਾਂ ਜਾਣੂ ਸੀਗੇ। ਅਤੇ ਢੀਡੀ ਖੋਜ ਹੋਈ ਸੀ ਇਹਦੇ ਸਬੰਧ ਵਿੱਚ ਇਹ ਲੋਥਲ ਵਿਖੇ ਹੋਈ ਸੀ ਲੋਥਲ ਜਗ੍ਹਾ ਦਾ ਨਾਮ ਹੈ ਅਗਲਾ ਪੁਆਇੰਟ ਹੈ ਸਿੰਧੂ ਘਾਟੀ ਦੇ ਤੋਂ ਲਵੀਰਾ ਸਥਾਨ ਦੇ ਨਾਮ ਦਾ ਪੱਟਿਕਾ ਅਭਿਲੇਖ ਮਿਲਿਆ ਹੈ ਤਾਂ ਪੱਟਿਕਾ ਨਾਮ ਤੋਂ ਅਭਿਲੇਖ ਮਿਲਿਆ ਸੀ ਇਹ ਹੜੱppa ਕਾਲ ਦੇ ਵਿੱਚ ਪੈਸੇ ਅਤੇ ਟਕੇ ਸੀ ਜਿਹੜੇ ਉਹ ਟੇਰਾਕੋਟਾ ਤੋਂ ਬਣਾਏ ਜਾਂਦੇ ਸਨ ਹੜੱppa ਕਾਲ ਦੇ ਵਿੱਚ ਦੱਸਿਆ ਗਿਆ ਇਹ ਹੜੱppa ਸਭਿਅਤਾ ਦੇ ਹਥਿਆਰ ਸ਼ਸਤਰ ਤਾਂਬੇ ਟਿਣ ਅਤੇ ਕਾਂਸੀ ਇਨਾਂ ਦੋਨਾਂ ਦੀ ਬੰਦੇ ਸੀਗੇ ਜੋ ਹੜੱਪਾ ਸਭਿਅਤਾ ਸੀ ਇਹਦੇ ਵਿੱਚ ਹਥਿਆਰ ਅਤੇ ਜੋ ਸ਼ਸਤਰ ਬਣਾਏ ਜਾਂਦੇ ਸੀਗੇ ਤਾਂਬਾ ਟਿਨ ਅਤੇ ਕਾਂਸੀ ਅਗਲਾ ਪੁਆਇੰਟ ਹੈ ਸਿੰਧੂ ਘਾਟੀ ਦੀ ਸਭਿਅਤਾ ਨੂੰ ਆਰਿਆ ਤੋਂ ਪਹਿਲਾਂ ਦੀ ਸਭਿਅਤਾ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਤਾਂਬੇ ਦੀ ਵਰਤੋਂ ਕਰਦੇ ਸਨ ਤਾਂਬੇ ਦੀ ਵਰਤੋਂ ਕਰਕੇ ਸਿੰਧੂ ਘਾਟੀ ਦੀ ਸਭਿਅਤਾ ਨੂੰ ਆਰਿਆ ਤੋਂ ਪਹਿਲਾਂ ਦੀ ਸਭਿਅਤਾ ਕਿਹਾ ਜਾਂਦਾ ਹੈ ਤਾਂ ਇਸ ਤਰ੍ਹਾਂ ਦਾ ਕੁਐਸਚਨ ਅਕਸਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਤੋਲਾ ਵੀਰਾ ਤੋਂ ਇੱਕ ਉन्नत ਜਲ ਬੰਧਨ ਪ੍ਰਣਾਲੀ ਦਾ ਵੀ ਪਤਾ ਚੱਲਦਾ ਅੱਗੇ ਗੱਲ ਕਰਦੇ ਹਾਂ ਲਗਭਗ 3900 ਸਾਲ ਪਹਿਲਾਂ ਹੋਏ ਮੋਹਨਜੋਦੜੋ ਸ਼ਹਿਰ ਵਿੱਚ ਮਵੇਸ਼ੀਆ ਸ਼ਾਕਾਹਾਰੀ ਜਾਨਵਰ ਦੇ ਵੱਡੇ ਵੱਡੇ ਝੁੰਡਾ ਵੱਲੋਂ ਚਾਰਾਗਾਹਾਂ ਤੇ ਘਾਹ ਦੇ ਮੈਦਾਨਾਂ ਨੂੰ ਚਰ ਜਾਣ ਕਰਕੇ ਉਜੜ ਗਏ ਸੀ ਇਹ ਤਾਂ ਇੱਥੇ ਹੜੱਪਾ ਕਿਉਂਕਿ ਫੌਂਟ ਚੇਂਜ ਹੋ ਜਾਂਦੇ ਐ ਇਸ ਕਰਕੇ ਥੋੜੀ-ਮੋਟੀ ਪ੍ਰੋਬਲਮ ਆ ਸਕਦੀ ਹੈ। ਸਿੰਧੂ ਘਾਟੀ ਦੇ ਸੱਭਿਆਚਾਰਕ ਵੇਲੇ ਦੇਵੀਆਂ ਦੀ ਮੂਰਤੀ ਪੂਜਾ ਪੇਪਲ ਤੇ ਨਿੰਮ ਦੇ ਰੁੱਖਾਂ ਅਤੇ ਕੁੱਬ ਵਾਲੇ ਸਾਂਡ ਦੀ ਪੂਜਾ ਪ੍ਰਚਲਿਤ ਸੀ। ਤਾਂ ਮੋਸਟ ਇੰਪੋਰਟੈਂਟ ਹੈ ਇਹ ਪੁੱਛਿਆ ਜਾਂਦਾ ਹੈ ਕਿ ਸਿੰਧੂ ਘਾਟੀ ਦੇ ਲੋਕ ਇਨ੍ਹਾਂ ਦੇਵਤਿਆਂ ਦੀ ਪੂਜਾ ਕਰਦੇ ਸਨ ਕਿ ਜਾਂ ਕਿੰਨਾਂ-ਕਿੰਨਾਂ ਦੀ ਉਹ ਪੂਜਾ ਕਰਦੇ ਸੀ? ਪੇਪਲ ਤੇ ਨਿੰਮ ਦੇ ਰੁੱਖ ਕੁੱਬ ਵਾਲਾ ਸਾਂਡ ਅਤੇ ਦੇਵੀਆਂ ਦੀ ਮੂਰਤੀ ਪੂਜਾ ਤਾਂ ਸਿੰਧੂ ਘਾਟੀ ਦੇ ਲੋਕ ਇਨ੍ਹਾਂ ਦੀ ਪੂਜਾ ਕਰਦੇ ਸੀਗੇ। ਅੱਗੇ 1921-23 ਦੇ ਵਿੱਚ ਰਾਵੀ ਕੰਡੇ ਮੇਟੋਂਗੁਰੀ ਜ਼ਿਲ੍ਹਾ ਜੋ ਪਾਕਿਸਤਾਨ ਦੇ ਵਿੱਚ ਹੈ ਦਯਾਰਾਮ ਸਾਨੀ ਨੇ ਹੜੱਪਾ ਸ਼ਹਿਰ ਦੀ ਖੋਜ ਕੀਤੀ ਸੀ ਜਾਂ ਖੁਰਾ ਖੋਜਿਆ ਸੀ ਤਾਂ ਹੜੱਪਾ ਸ਼ਹਿਰ ਦੀ ਖੋਜ ਹੈ ਜਿਹੜੀ ਉਹ ਦਯਾਰਾਮ ਸਾਨੀ ਨੇ ਕੀਤੀ ਸੀ 1921-23 ਦੌਰਾਨ ਅੱਗੇ 1922 ਦੇ ਵਿੱਚ ਲਰਕਾਨਾ ਜ਼ਿਲ੍ਹਾ ਸਿੰਧ ਜੋ ਪਾਕਿਸਤਾਨ ਚ ਹੈ ਤਾਂ ਆਰ ਡੀ ਬਨਰਜੀ ਨੇ ਮੋਹਨਜੋਦੜੋ ਸ਼ਹਿਰ ਦੀ ਖੋਜ ਕੀਤੀ ਸੀ। ਹੜੱप्पा ਦੀ ਕਰੀ ਸੀ ਦਾਇਰਾ ਅਮਸਾਨੀ ਨੇ। ਮੋਹਨਜੋਦੜੋ ਦੀ ਕਰੀ ਸੀ ਆਰ ਡੀ ਬੇਨਰਜੀ ਨੇ। ਤਾਂ ਇਹ ਦੋਨੇ ਕੁਐਸਚਨ ਚਾਹੇ ਉਹ ਪੰਜਾਬ ਟੈਟਾ ਚਾਹੇ ਮਾਸਟਰ ਕੇਡਰ ਹੈ ਜਾਂ ਕੋਈ ਅਦਰਕ ਇਗਜ਼ਾਮ ਹੈ ਤਾਂ मोस्ट ਇੰਪੋਰਟੈਂਟ ਨੇ ਇਹ। ਇਹ ਪੁੱਛੇ ਹੀ ਜਾਂਦੇ ਨੇ। ਅੱਗੇ ਮੋਹਨਜੋਦੜੋ ਦਾ ਅਰਥ ਇਹ ਵੀ ਮਹੱਤਵਪੂਰਨ ਹੈ। ਮੁਰਦਿਆਂ ਦਾ ਟਿੱਲਾ ਮੌਤ ਦਾ ਟਿੱਲਾ। ਕਈ ਵਾਰ ਆਪਸ਼ਨ ਚ ਮੌਤ ਦਾ ਟਿੱਲਾ ਪਾ ਦਿੱਤਾ ਜਾਂਦਾ ਹੈ। ਕਪਾਧਿਆ ਦਾ ਤਰਪੜੇ ਮੁਰਦਿਆਂ ਦਾ ਟਿੱਲਾ ਤਾਂ ਮੋਹ ਦਾ ਟਿੱਲਾ ਵੀ ਕਿਹਾ ਜਾਂਦਾ ਹੈ ਮੋਹਨਜੋਦੜੋ ਪੰਜਾਬ ਦੇ ਰੋਪੜ ਜਿਹੜੇ ਵਿੱਚ ਹੜੱਪਾ ਸੱਭਿਆਤਾ ਦੇ ਅਫਸੇਸ ਹੈ ਜਿਹੜੇ 1953 ਦੇ ਵਿੱਚ ਵਾਈ ਡੀ ਸ਼ਰਮਾ ਨੇ ਖੋਜੇ ਸੀਗੇ ਮਗਧ ਰਾਜ ਦੀ ਮੁੱਢਲੀ ਰਾਜਧਾਨੀ ਰਾਜਗ੍ਰਹਿ ਗਿਰੀਵੜਜ ਸੀਗੀ ਭਾਰਤੀਆਂ ਲਈ ਮਹਾਨ ਸ਼ਿਲਕਮਾਰਗ ਤਾਂ ਇਹ ਸ਼ੁਰੂ ਕਰਵਾਇਆ ਸੀਗਾ ਕਨਿਸ਼ਕ ਨੇ ਤੇ ਪੁੱਛ ਲੈਣਾ ਕਿ ਸਿਲਕ ਮਾਰਕ ਹੈ ਜੋ ਭਾਰਤ ਨੇ ਕਿਸ ਨੇ ਸ਼ੁਰੂ ਕਰਵਾਇਆ ਸੀ ਕਿਹੜਾ ਰਾਜਾ ਸੀ ਤਾਂ ਉਹ ਕਨਿਸ਼ਕ ਸੀਗਾ ਮੈਸੀਡੋਨੀਆ ਦੇ ਰਾਜੇ ਫਿਲਿਪ ਦਾ ਪੁੱਤਰ ਸਿਕੰਦਰ ਨੇ ਭਾਰਤ ਤੇ ਜਿਹੜਾ ਹਮਲਾ ਸੀ ਉਹ 327 ਈਸਾ ਪੂਰਵ ਦੇ ਵਿੱਚ ਕੀਤਾ ਸੀ ਪਹਿਲਾ ਹਮਲਾ ਕਹਿ ਸਕਦੇ ਆ 323 ਈਸਾ ਪੂਰਵ ਦੇ ਵਿੱਚ ਸਿਕੰਦਰ ਮਹਾਨ ਦੀ ਬੇਬੀਲਨ ਜਗ੍ਹਾ ਤੇ ਮੌਤ ਹੋ ਗਈ ਸੀ ਤਾਂ ਮੌਤ ਤੇ ਹਮਲੇ ਨਾਲ ਸੰਬੰਧਤ ਸਿਕੰਦਰ ਦੇ ਇੱਕ ਵਾਰਚਨ ਪੁੱਛਿਆ ਜਾਂਦਾ ਹੈ ਸਿਕੰਦਰ ਦੇ ਹਮਲੇ ਵੇਲੇ ਉੱਤਰ ਭਾਰਤ ਤੇ ਆਨੰਦ ਵੰਸ਼ ਦਾ ਰਾਜ ਸੀਗਾ ਮਗਧ ਦਾ ਸਭ ਤੋਂ ਪੁਰਾਣਾ ਰਾਜਵੰਸ਼ ਹਰਿਅੰਕ ਵੰਸ਼ ਸੀਗਾ ਯੋਗ ਸ਼ਾਸਤਰ ਦੇ ਰਚੇਤਾ ਪਤਾਂਜਲੀ ਸੰਗ ਰਾਜਵਾਸਨ ਦੇ ਸ਼ਾਸਨ ਦੌਰਾਨ ਹੋਈ ਸੀ ਚਰਕ ਸੰਹਿਤਾ ਵੈਦਿਆ ਗ੍ਰੰਥਾ ਮਹਾਨ ਰਚੇਤਾ ਚਰਕ ਨਿਸ਼ਕ ਸਮਰਾਟ ਦੀ ਰਾਜ ਸਭਾ ਦੇ ਵਿੱਚ ਸੀਗਾ ਚੰਦਰਗੁਪਤ ਮੌਰੀਆ ਉਹ ਮੌਰੀਆ ਸਮਰਾਟ ਜਿਸ ਨੇ ਆਪਣੇ ਜੀਵਨ ਦੇ ਅੰਤਲੇ ਦਿਨਾਂ ਦੇ ਵਿੱਚ ਜੈਨ ਧਰਮ ਅਪਣਾ ਲਿਆ ਸੀ ਸੋ ਚੰਦਰਗੁਪਤ ਮੌਰੀਆ ਨੇ ਜੈਨ ਧਰਮ ਅਪਣਾਇਆ ਸੀ ਧਰਮ ਤੇ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਇਸ ਸਮਰਾਟ ਨੇ ਆਪਣੇ ਅੰਤਲੇ ਦਿਨਾਂ ਵਿੱਚ ਕਿਹੜਾ ਧਰਮ ਜਿਹੜਾ ਅਪਣਾਇਆ ਸੀ ਤਾਂ ਜੈਨ ਧਰਮ ਚੰਦਰਗੁਪਤ ਮੌਰੀਆ ਨੇ ਅਗਲਾ ਪੁਆਇੰਟ ਹੈ ਗਿਰਨਾਰ ਕੰਧਾ ਟੋਪਰਾ ਵਿੱਚ ਅਸ਼ੋਕ ਦੇ ਸਿਲਾ ਲੇਖ ਨੇ ਯਗਰਨਾਰ ਵਿੱਚ ਯਾਦ ਰੱਖ ਸਕਦੇ ਹੋ ਗਰਨਾਰ ਵਿੱਚ ਸੁੱਕਦੇ ਸਿਲਾ ਲੇਖਨੇ ਪੁਰਾਣਾ ਵਿੱਚ ਮੋਰੀਆ ਵੰਸ਼ ਰਾਜਵੰਸ ਨੂੰ ਸੂਦਰ ਤੇ ਅਧਰਮਿਕ ਹੈ ਮੋਰੀਆ ਵੰਸ਼ ਦਾ ਸੰਸਥਾਪਕ ਚੰਦਰਗੁਪਤ ਮੋਰੀਆ ਸੀ ਮਹਾਵੰਸ਼ਾ ਸ੍ਰੀਲੰਕਾ ਦਾ ਇਤਿਹਾਸ ਗ੍ਰੰਥ ਮੁਤਾਬਕ ਅਸ਼ੋਕ ਨੇ ਜਿਹੜਾ ਗੱਦੀ ਤੇ ਬੈਠਣ ਲਈ ਆਪਣੇ 99 ਭਰਾਵਾਂ ਦਾ ਕਤਲ ਕੀਤਾ ਸੀਗਾ ਤਾਂ ਇਥੇ ਪੁੱਛਿਆ ਜਾਂਦਾ ਕਿ ਆਪਣੇ ਭਰਾਵਾਂ ਨੂੰ 99 ਭਰਾਵਾਂ ਨੂੰ ਮਾਰ ਕੇ ਗੱਦੀ ਤੇ ਬੈਠਣ ਵਾਲਾ ਸ਼ਾਸਕ ਕਿਹੜਾ ਸੀਗਾ ਤਾਂ ਅਸ਼ੋਕ ਸੀਗਾ ਤਾਂ শ্রীলੰਕਾ ਦਾ ਇਤਿਹਾਸਕ ਗ੍ਰੰਥ ਹੈ ਇਹਦੇ ਮੁਤਾਬਕ ਜੋ ਮਹਾਵੰਮ ਸੌਦਾ ਨਾਮ ਹੈ ਕਿ ਅਸ਼ੋਕ ਨੇ ਜੋ ਆਪਣੇ 99 ਭਰਾਵਾਂ ਦਾ ਕਤਲ ਕਰਕੇ ਗੱਦੀ ਤੇ ਬੈਠੇ ਸੀਗਾ ਅੱਗੇ ਗੱਲ ਕਰਦੇ ਹਾਂ ਕਲਿੰਗਾ ਦਾ ਜੁਦ ਅਸ਼ੋਕ ਨੇ 260-61 ਈਸਵੀ ਪੂਰਵ ਲੜਿਆ ਸੀ ਇਸੇ ਜੁੱਤ ਤੋਂ ਬਾਅਦ ਉਸ ਨੇ ਭਾਰੀ ਕਤਲਗਾਰਥ ਵੇਖ ਕੇ ਬੁੱਧ ਧਰਮ ਅਪਣਾ ਲਿਆ ਸੀ ਤਾਂ ਇਥੇ ਇਹਨਾਂ ਨੇ ਆਪਣਾ ਇਹ ਜੋ ਬੁੱਧ ਧਰਮ ਅਪਣਾਇਆ ਸੀ ਸ਼ੋਕ ਨੇ ਚੰਦਰਗੁਪਤ ਮੌਰੀਆ ਨੇ ਜੈਨ ਧਰਮ ਅਪਣਾਇਆ ਸੀ ਤਾਂ ਕਨਫਿਊਜ਼ਨ ਨਹੀ ਹੋਣਾ ਅਲੱਗ-ਅਲੱਗ ਨੇ ਆਮਰਪਤੀ ਸਤੂਪ ਦੀ ਗੱਲ ਕਰਦੇ ਹਾਂ ਇਹ ਉਹ ਸਤੂਪ ਹੈ ਜਿਹਦੀ ਖੋਜ ਕਰਨਲ ਮਕਿੰਜੀ ਨੇ ਕੀਤੀ ਸੀ ਤੇ ਹੁਣ ਇਹ ਸਤੂਪ ਹੈ ਜਿਹੜਾ ਆਪਣੀ ਮੂਲ ਜਗ੍ਹਾ ਤੇ ਨਸਟ ਹੋ ਗਿਆ ਹੈ ਮੌਰੀਆ ਕਾਲ ਦੇ ਵਿੱਚ ਸਿੱਖਿਆ ਦਾ ਸਭ ਤੋਂ ਪ੍ਰਸਿੱਧ ਕੇਂਦਰ ਤਕਸ਼ਿਲਾ ਜਾਂ ਟੈਕਸਿਲਾ ਸੀ ਤਾਂ ਇਹ ਕੁਐਸਚਨ ਸਿੱਧੇ ਪੁੱਟ ਕੀਤਾ ਜਾਂਦਾ ਹੈ ਕਿ ਮੌਰੀਆ ਕਾਲ ਦੇ ਵਿੱਚ ਸਿੱਖਿਆ ਦਾ ਸਭ ਤੋਂ ਪ੍ਰਸਿੱਧ ਕੇਂਦਰ ਕਿਹੜਾ ਸੀ ਤਕਸ਼ਿਲਾ ਜਾਂ ਟੈਕਸਿਲਾ ਅਗਲਾ ਪੁਆਇੰਟ ਹੈ ਅਸ਼ੋਕ ਦੇ ਜਿਹੜੇ ਸਿਲਾ ਲਿਖੇ ਨੇ ਇਹਨਾਂ ਦੀ ਪ੍ਰਮੁੱਖ ਭਾਸ਼ਾ ਜਿਹੜੀ ਉਹ ਪ੍ਰਕਿਰਤ ਹੈ ਤਾਂ ਸਿਲਾ ਲੇਖਾ ਤੇ ਇਹ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਅੱਗੇ ਗੱਲ ਕਰਦੇ ਹਾਂ ਕੁਸ਼ਾਨ ਵੰਸ਼ ਦਾ ਮੋਢੀ ਕਨੇਸ਼ਕ ਸੀਗਾ ਇੱਥੇ ਦਾ ਮੋਢੀ ਹੈ ਕੁਸ਼ਾਨ ਵੰਸ਼ ਦਾ ਮੋਢੀ ਕਿਉਂਕਿ ਫੌਂਟ ਚੇਂਜ ਹੋ ਜਾਂਦੇ ਨੇ ਸੇਵ ਕਰਨ ਵੇਲੇ ਗੁਪਤ ਵੰਸ਼ ਦਾ ਮੋਢੀ ਸ਼੍ਰੀ ਗੁਪਤ 275 ਈਸਵੀ ਚ ਸੀਗਾ ਸਮੁੰਦਰ ਗੁਪਤ ਸਮਰਾਟ ਨੂੰ ਭਾਰਤੀ ਨਪੋਲੀਅਨ ਕਿਹਾ ਜਾਂਦਾ ਹੈ ਤਾਂ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਭਾਰਤ ਦਾ ਨਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਸਮੁੰਦਰ ਗੁਪਤ ਨੂੰ ਅਗਲਾ ਪੁਆਇੰਟ ਹੈ ਉਜੈਨ ਦੇ ਰਾਜੇ ਵਿਕਰਮਦਿੱਤਿਆਂ ਵੱਲੋਂ ਸ਼ੁਰੂ ਕੀਤੇ ਗਏ ਭਾਰਤ ਦੇ ਦੇਸੀ ਕੈਲੰਡਰ ਵਜੋਂ ਪ੍ਰਚਲਿਤ ਹੋਇਆ ਸੀ ਵਿਕਰਮੀ ਸਮੰਤ ਕੈਲੰਡਰ 58 ਇਸਵੀ ਪੂਰਵ ਦੇ ਵਿੱਚ ਜਿਹੜਾ ਸਟਾਰਟ ਹੋਇਆ ਸੀਗਾ ਇਹ ਆਧੁਨਿਕ ਅੰਗਰੇਜ਼ੀ ਕੈਲੰਡਰ ਇਸਵੀ ਤੋਂ 57 ਸਾਲ ਅੱਗੇ ਹੈ ਚੰਦਰਗੁਪਤ ਪਹਿਲਾ ਗੁਪਤ ਸਮਰਾਟ ਨੇ ਸਭ ਤੋਂ ਪਹਿਲਾਂ ਸੀ ਜਿਹੜੇ ਉਹ ਸਿੱਕੇ ਜਾਰੀ ਕੀਤੇ ਸੀ ਚੰਦਰਗੁਪਤ ਪਹਿਲੇ ਨੇ ਸਿੱਕੇ ਜਾਰੀ ਕੀਤੇ ਸੀ ਜੇ ਰੱਖ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਗੁਪਤ ਸਮਰਾਟ ਸੀਗਾ ਇਹ ਅਗਲਾ ਪੁਆਇੰਟ ਹੈ ਚੰਦਰਗੁਪਤ ਬੇਗਰਮਤ ਦੇ ਦਰਬਾਰ ਦੇ ਨੌ ਰਤਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਸੀਗਾ ਉਹ ਸੀਗਾ ਕਾਲੀਦਾਸ ਚੀਨੀ ਯਾਤਰੀ ਫਾਹੀਜਾਨ ਚੰਦਰਗੁਪਤ ਦੂਜਾ ਸਮਰਾਟ ਦੇ ਸ਼ਾਸਨ ਕਾਲ ਵਿੱਚ ਭਾਰਤ ਆਏ ਸੀ ਤਾਂ ਇੱਕ ਕੁਐਸਚਨ ਹੀ ਪੁੱਛਿਆ ਜਾਂਦਾ ਹੈ ਕਿ ਚੀਨੀ ਯਾਤਰੀ ਫਾਹੀਜਾਨ ਕਿਹੜੇ ਸ਼ਾਸਨ ਦੌਰਾਨ ਭਾਰਤ ਆਏ ਸੀ ਚੰਦਰਗੁਪਤ ਦੂਜੇ ਦੇ ਤਾਂ ਮਾਸਟਰ ਕੇਟ ਦੇ ਐਗਜ਼ਾਮ 'ਚ ਹੁਣ ਹੋਇਆ ਸੀਗਾ ਤਾਂ ਉਹਦੇ ਵਿੱਚ ਇਹ ਕੁਐਸਚਨ ਆਇਆ ਹੋਇਆ ਗੋਪਤਵੰਸ ਨੇ ਮੰਦਰਾਂ ਤੇ ਬ੍ਰਾਹਮਣਾਂ ਨੂੰ ਸਭ ਤੋਂ ਵੱਧ ਪਿੰਡਦਾਨ ਦਿੱਤੇ ਸਨ ਨੂੰ ਮੰਦਰਾ ਤੇ ਬ੍ਰਾਹਮਣਾਂ ਨੂੰ ਤੇ ਯਾਦ ਰੱਖਣਾ ਸਭ ਤੋਂ ਵੱਧ ਪਿੰਡਦਾਨ ਕੀ ਨੇਤੀ ਸੀ ਗੁਪਤ ਵੰਸ਼ ਨੇ ਗੁਪਤ ਸ਼ਾਸਕਾਂ ਦੀ ਦਰਬਾਰੀ ਭਾਸ਼ਾ ਸੰਸਕ੍ਰਿਤ ਸੀਗੀ ਗੁਪਤ ਕਾਲ ਦੇ ਵਿੱਚ ਬੋਧ ਸਿੱਖਿਆ ਦਾ ਮਹਾਨ ਕੇਂਦਰ ਸੀ ਜਿਹੜਾ ਉਹ ਨਲੰਦਾ ਸੀਗਾ ਹਰਸ਼ ਸਮਰਾਟ ਦੇ ਰਾਜ ਵਿੱਚ ਨਲੰਦਾ ਯੂਨੀਵਰਸਿਟੀ ਜਿਹੜੀ ਉਹ ਜ਼ਿਆਦਾ ਪਰਫੁੱਲਤ ਹੋਈ ਸੀ ਯਾਨੀ ਕਿ ਵਧੀ ਫੁੱਲੀ ਸੀ ਗੁਪਤ ਕਾਲ ਦੇ ਸਿੱਕੇ ਦਾ ਸਭ ਤੋਂ ਵੱਡਾ ਢੇਰ ਬਜਾਨਾ ਭਰਤਪੁਰ ਵਿੱਚ ਮਿਲਿਆ ਸੀ ਤਾਂ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਜੋ ਗੁਪਤ ਕਾਲ ਦੇ ਸਿੱਕੇ ਸੀ ਇਹਦਾ ਢੇਰ ਸੀ ਕਿਸ ਜਗ੍ਹਾ ਤੇ ਮਿਲਿਆ ਸੀ ਜਾਂ ਤਾਂ ਬਜਾਨਾ ਆਏਗਾ ਆਪਸ਼ਨਾਂ ਦੇ ਵਿੱਚ ਜਾਂ ਭਰਤਪੁਰ ਤਾਂ ਦੋਨੇ ਯਾਦ ਰੱਖਣੀ ਹੈ ਬਜਾਨਾ ਭਰਤਪੁਰ ਦੇ ਵਿੱਚ ਮਿਲਿਆ ਸੀ ਅਗਲਾ ਪੁਆਇੰਟ ਹੈ ਉੜੀਸਾ ਵਿੱਚਲੇ ਕੋਨਾਰਕ ਮੰਦਿਰ ਨੂੰ ਨਰਸਿੰਘ ਦੇਵ ਨੇ ਤਿਆਰ ਕਰਵਾਇਆ ਸੀਗਾ ਅਬੇਨ ਸੰਗ ਤੀਨ ਯਾਤਰੀ ਨੇ ਹਰਸ਼ਵਾਦਨ ਦੇ ਕੁਮਾਰ ਭਾਸਕਰ ਵਰਮਾ ਦੇ ਰਾਜਾਂ ਦੀ ਯਾਤਰਾ ਕੀਤੀ ਸੀ ਭਾਰਤ ਤੇ ਸਭ ਤੋਂ ਪਹਿਲਾਂ ਤੁਰਕ ਹਮਲਾ ਮੁਹੰਮਦ ਬਿਨ ਕਾਸਮ ਨੇ ਜੋ ਤੁਰਕੀ ਸਮਰਾਟ ਸੀਗਾ ਤਾਂ ਇਸ ਨੇ ਕੀਤਾ ਸੀਗਾ ਤਾਂ ਇਸ ਤੇ ਪੁੱਛ ਲਿਆ ਜਾਂਦਾ ਹੈ ਕਿ ਭਾਰਤ ਤੇ ਸਭ ਤੋਂ ਪਹਿਲਾ ਹਮਲਾ ਕਿਹੜੇ ਤੁਰਕੀ ਸਮਰਾਟ ਨੇ ਕੀਤਾ ਸੀ ਤਾਂ ਉਹ ਸੀਗਾ ਮੁਹੰਮਦ ਬਿਨ ਕਾਸਮ ਤੁਰਕ ਸਮਰਾਟ ਮਹਿਮੂਦ ਗਜਨਵੀ ਨੇ 1000 ਤੋਂ ਲੈ ਕੇ 1026 ਜਾਇਤੇ 27 ਲਿਖ ਦਿੱਤਾ ਜਾਂਦਾ ਹੈ ਇਸ ਵੀ ਵਿਚਾਰ ਹੈ ਜੋ ਭਾਰਤ ਤੇ 17 ਹਮਲੇ ਕੀਤੇ ਸੀਗੇ ਸੋ ਇਹ ਸ਼ਾਰਟ ਦੇ ਵਿੱਚ ਵਨ ਲਾਈਨਰ ਕੁਐਸਚਨ ਕਹਿ ਸਕਦੇ ਹਾਂ ਬਿਲਕੁਲ ਸ਼ਾਰਟ ਦੇ ਵਿੱਚ ਜਾਣਕਾਰੀ ਹੈ ਤਾਂ ਭਾਰਤ ਦਾ ਇਤਿਹਾਸ ਸਟਾਰਟ ਕਰਿਆ ਹੈ ਭਾਗ ਪਹਿਲਾ ਕੰਟੀਨਿਊ ਤੁਹਾਨੂੰ ਸਟੈਪ ਬਾਈ ਸਟੈਪ ਜਾਣਕਾਰੀ ਪ੍ਰੋਵਾਈਡ ਕਰਦੇ ਰਹਾਂਗੇ ਐਮਸੀਕਿਊ ਕੁਐਸਚਨ ਵੀ ਸਟਾਰਟ ਕਰਾਂਗੇ ਪਹਿਲਾਂ ਇਹ ਤੁਹਾਨੂੰ ਸਾਰੀ ਜਾਣਕਾਰੀ ਪ੍ਰੋਵਾਈਡ ਕਰਾਂਗੇ ਜੋ ਮੋਸਟ ਇੰਪੋਰਟੈਂਟ ਹੈ ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਆਪਣੇ ਫਰੈਂਡ ਸਰਕਲ ਜੋ ਵੀ ਤੁਸੀਂ ਗਰੁੱਪ ਵਿੱਚ ਚਾਹੇਂ ਤਾਂ ਅੱਗੇ ਵੀਡੀਓ ਦਾ ਲਿੰਕ ਜ਼ਰੂਰ ਸ਼ੇਅਰ ਕਰਦਿਆ ਕਰੋ ਤਾਂ ਜੋ ਹਰ ਇੱਕ ਤੱਕ ਇਹ ਇਨਫੋਰਮੇਸ਼ਨ ਪਹੁੰਚ ਸਕੇ ਧੰਨਵਾਦ ਜੀ